ਸਾਸ਼ੀ ਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਆਪਾਂ অথেন্টিਕੇਟ ਨਿਊਜ਼ ਲੈ ਕੇ ਹਾਜ਼ਰ ਹਾਂ ਇੱਕ ਅਪਡੇਟ ਵੀ ਇਹਨੂੰ ਕਹਿ ਸਕਦੇ ਹਾਂ ਇਹਦੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਅਪਡੇਟ ਦੀ ਗੱਲ ਕਰਾਂਗੇ ਜਿਹੜੇ ਦੋ ਅਪਡੇਟ ਆਏ ਨੇ ਤੇ ਸਭ ਤੋਂ ਪਹਿਲਾ ਅਪਡੇਟ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜੀ ਪੰਜਾਬ ਪੁਲਿਸ ਦੀ ਭਰਤੀ ਹੈ ਨਵੀਂ ਭਰਤੀ ਜਿਹੜੀ ਹੈ ਉਹ ਕਹਿੰਦੇ ਨੇ ਵੀ ਕਾਰਡਸ ਤੇ ਆ ਪੰਜਾਬ ਪੁਲਿਸ ਦੀ ਭਰਤੀ ਆਉਣ ਦੀ ਕਾਰਡਸ ਮਤਲਬ ਕਿ ਉਹਦਾ ਅਪਡੇਟ ਹੈ ਜਿਹੜਾ ਬਹੁਤ ਜਲਦ ਤੁਹਾਡੇ ਸਾਹਮਣੇ ਆ ਜਾਊਗਾ ਤੇ ਇਹ ਜਿਹੜੀਆਂ ਹੈਡਲਾਈਨਾਂ ਨੇ ਅਖਬਾਰਾਂ ਵਿੱਚ ਚਾਉਣੀ ਸ਼ੁਰੂ ਹੋ ਗਈਆਂ ਨੇ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਹੋ ਟ੍ਰਿਬਿਊਨ ਪੇਪਰ ਦੀ ਮੈਂ ਖੋਲਿਆ ਖੋਲਿਆ ਹੋਇਆ ਹੈ ਤੇ ਇਹਦੇ ਵਿੱਚ ਅੱਜ ਆਇਆ ਹੋਇਆ ਹੈ ਇਹਨੂੰ ਥੋੜਾਪ ਜੂਮ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਸਾਰਿਆਂ ਨੂੰ ਅੱਜ ਵੀ ਦੇਖ ਸਕਦੇ ਹੋ ਜਿਹੜੀ ਰਿਕਰੂਟਮੈਂਟ ਆਉਣੀ ਆ ਇਹਨਾਂ ਨੇ ਲਿਖਿਆ ਹੈ ਅਖਬਾਰ ਦੇ ਵਿੱਚ ਕਿ ਬਹੁਤ ਜਲਦ ਜਿਹੜਾ ਅਪਡੇਟ ਜਿਹੜਾ ਉਹ ਆ ਜਾਣਾ ਆਨਲਾਈਨ ਆ ਜਾਊਗਾ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਆ ਦੇਖ ਸਕਦੇ ਹੋ ਇੱਥੇ ਬਹੁਤ ਜਲਦ ਜਿਹੜਾ ਆਪਾਂ ਸਾਰਿਆਂ ਨੂੰ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਤੇ ਇੱਕ ਤਾਂ ਇਹ ਅਪਡੇਟ ਹੋ ਗਿਆ ਕਿਉਂ ਇਹ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਇਆ ਕਿਉਂਕਿ ਜਿਹੜੇ ਬੱਚੇ ਨਵੀਂ ਭਰਤੀ ਦੇਖਣਾ ਚਾਹੁੰਦੇ ਨੇ ਵਾਰ-ਵਾਰ ਮੈਸੇਜ ਕਰਦੇ ਨੇ ਕਿ ਸਰ ਭਰਤੀ ਕਦੋਂ ਆਉਗੀ ਸੋ ਉਹਨਾਂ ਲਈ ਆਪਾਂ ਕਹਿ ਰਹੇ ਹਾਂ ਕਿ ਭਾਈ ਭਰਤੀ ਜਿਹੜੀ ਆਉਣ ਵਾਲੀ ਆ ਤੁਸੀਂ ਤੁਹਾਡੀ ਵੇਟ ਆ ਜਿਹੜੀ ਉਹ ਸਮਾਪਤ ਹੋਣ ਵਾਲੀ ਆ ਆਪਦੀ ਤਿਆਰੀ ਕਰਦੇ ਰਹੋ ਠੀਕ ਹੈ ਦੂਜਾ ਅਪਡੇਟ ਦੋਸਤੋ ਆਇਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪੰਜਾਬ ਪੁਲਿਸ ਕਾਂਸਟੇਬਲ ਅਤੇ ਜਿਹੜੀ ਸਬ ਇੰਸਪੈਕਟਰ ਦੀ ਟੈਕਨੀਕਲ ਕੈਡਰ ਵਿੱਚ ਭਰਤੀਆਂ ਸੀਗੀਆਂ ਉਹਨਾਂ ਸਬੰਧੀ ਇੱਕ ਅਪਡੇਟ ਜਾਰੀ ਹੋਇਆ ਜਿਦੇ ਵਿੱਚ ਇਹ ਜਿਹੜਾ ਨੋਟੀਫਿਕੇਸ਼ਨ ਆਇਆ ਕਿ ਪੋਸਟਾਂ ਦਾ ਵਰਗੀਕਰਨ ਕੀਤਾ ਗਿਆ ਮਤਲਬ ਇਸ ਘੁਮਾ ਕੇ ਜੇ ਇਹਨਾਂ ਨੇ ਨੋਟੀਫਿਕੇਸ਼ਨ ਪਾਇਆ ਕਿ ਪੋਸਟਾਂ ਦੀ ਗਿਣਤੀ ਵਧਾਈ ਗਈ ਹੈ ਜਾਂ ਘਟਾਈ ਗਈ ਹੈ ਬੱਚੇ ਕਨਫਿਊਜ਼ ਨੇ ਸੋ ਤੁਹਾਨੂੰ ਉਹ ਪਾਸ ਸਾਰੀ ਜਾਣਕਾਰੀ ਦਵਾਂਗੇ ਕਿ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਪੋਸਟਾਂ ਦੀ ਕੋਈ ਗਿਣਤੀ ਵਧਾਈ ਘਟਾਈ ਨਹੀਂ ਗਈ ਠੀਕ ਹੈ ਪੋਸਟਾਂ ਬਿਲਕੁਲ ਓਨੀਆਂ ਹੀ ਨੇ ਜਿੰਨੀਆਂ ਕਿ ਹੈਗੀਆਂ ਸੀਗੀਆਂ ਬਸ ਇਹਨਾਂ ਦਾ ਵਰਗੀਕਰਨ ਕਰਤਾ ਇਹਨਾਂ ਨੇ ਜਿਵੇਂ ਕਿ ਤੁਸੀਂ ਜਰਨਲ ਕੈਟਾਗਰੀ ਵਿੱਚ ਚਲਾ ਲਓ ਜੇ 76 ਓਪਨ ਦੀਆਂ ਸੀਗੀਆਂ ਅ ਵੂਮਨ ਦੀਆਂ 32 ਸੀਗੀਆਂ ਸੌਰੀ 34 ਸੀਗੀਆਂ ਤਾਂ ਇਹ ਕਰਤਾ ਕਿ ਇੱਥੋਂ ਕੀ ਕਰਤਾ ਦੋ ਘਟਾਤੀਆਂ ਇੱਧਰ ਵਧਾਤੀਆਂ ਸੋ ਇਸ ਤਰ੍ਹਾਂ ਜਿਹੜਾ ਇਹਨਾਂ ਨੇ ਨਵੇਂ ਅਪਡੇਟ ਵਿੱਚ ਕੀਤਾ ਗਿਆ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਕਾਲਮ ਇਹ ਨਵਾਂ ਆਇਆ ਤੇ ਮੈਂ ਪੁਰਾਣੇ ਡਾਊਨਲੋਡ ਕਰ ਰੱਖੇ ਨੇ ਤੁਹਾਨੂੰ ਮੈਂ ਉਹ ਸਬੂਤ ਦੇ ਵਜੋਂ ਜਿਹੜਾ ਦਿਖਾਉਣ ਲੱਗਾ ਕਿ ਕੀ ਇਹਨਾਂ ਨੇ ਕੀਤਾ ਠੀਕ ਹੈ ਕੀ ਮਤਲਬ ਇਹਨਾਂ ਨੇ ਉਤਰਾ ਚੜਾ ਕੀਤੇ ਨੇ ਠੀਕ ਹੈ ਸੋ ਇਹ ਪਹਿਲਾਂ ਆਪਾਂ ਨੇ ਸਬ ਇਨਸਪੈਕਟਰ ਦੇ ਖੋਲੇ ਹੋਏ ਨੇ ਪੁਰਾਣੀਆਂ ਮਤਲਬ ਕੀ ਵਰਗੀਕਰਨ ਸੀ ਇਹਨਾਂ ਦਾ ਠੀਕ ਹੈ ਤੇ ਆਹਾ ਹੈਗਾ ਜੀ ਨਵਾਂ ਜਿਹੜਾ ਅੱਜ ਦਾ ਆਇਆ ਠੀਕ ਹੈ ਇਹਦੇ ਵਿੱਚ ਕੀ ਸੀਗਾ ਜਰਨਲ ਦੀਆਂ 76 ਸੀਗੀਆਂ ਵੂਮਨ ਦੀਆਂ 34 ਸੀਗੀਆਂ ਤਾਂ ਇਹਨਾਂ ਨੇ ਕੀ ਕੀਤਾ ਆ ਦੇਖੋ ਠੀਕ ਹੈ ਪਹਿਲਾਂ ਕਿੰਨੀਆਂ ਸੀਗੀਆਂ 78 ਸੀਗੀਆਂ ਵੂਮਨ ਦੀਆਂ ਕਿੰਨੀਆਂ ਸੀਗੀਆਂ 32 ਤਾਂ ਇਹਨਾਂ ਨੇ ਮਤਲਬ ਕਿ ਹੁਣ ਵਧਾਤੀਆਂ ਠੀਕ ਹੈ ਦੋ ਵੂਮਨ ਦੀਆਂ ਕਰਤੀਆਂ 34 ਠੀਕ ਹੈ ਤੇ ਐਸਸੀ ਐਮਬੀ ਤੇ ਐਸਸੀ ਆਰਓ ਦੀਆਂ ਵੱਖ-ਵੱਖ ਕਾਲਮ ਵਿੱਚ ਸੀਗੀਆਂ ਠੀਕ ਹੈ ਅ 16 ਤੇ 15 31 ਇਹ ਹੋਗੇ ਤੇ 11 ਤੇ 10 ਇੱਧਰ ਇਹ ਹੋਗੇ ਠੀਕ ਹੈ ਕੀ ਹੋ ਗਏ ਤਾਂ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਇਹਦੇ ਵਿੱਚ ਸ਼ਡਿਊਲਡ ਕਾਸਟ ਦਾ ਇਕੱਠੀ ਕਾਲਮ ਬਣਾਇਆ ਹੋਇਆ ਸੀਗਾ ਤੇ ਹੁਣ ਦੀ ਘੜੀ ਇਹਨਾਂ ਨੇ ਮਿਕਸ ਮਤਲਬ ਵੱਖੋ-ਵੱਖਰੇ ਕਰਤੇ ਵੀ ਐਮਬੀ ਦੀਆਂ ਸਪਸ਼ਟ ਕਰਤਾ ਵੀ ਐਸਸੀ ਐਮਬੀ ਦੀਆਂ ਭਾਈ ਇੰਨੀਆਂ ਨੇ ਐਸਆਰਓ ਦੀਆਂ ਇੰਨੀਆਂ ਨੇ ਠੀਕ ਹੈ ਤੇ ਉਸ ਤੋਂ ਬਾਅਦ ਅ ਬੈਕਵਰਡ ਕਲਾਸਸ ਬੀਸੀ ਦੀਆਂ 15 11 ਆ ਤਾਂ ਸੇਮ ਹੀ ਨੇ ਠੀਕ ਹੈ ਦੇਖ ਸਕਦਾ 15 11 ਉਸ ਤੋਂ ਬਾਅਦ ਐਕਸਟਰ ਸਰਵਿਸਮੈਨ ਜਰਨਲ ਦੀਆਂ ਅ ਇਹ ਵੀ ਸੇਮ ਹੀ ਨੇ 8 10 ਔਰ ਇਹ ਕਿੰਨੀਆਂ ਨੇ ਜੀ ਅ ਸੌਰੀ ਇਹ ਵੀ ਸੇਮ ਹੀ ਨੇ 8 11 ਠੀਕ ਹੈ 8 10 ਇੱਥੇ ਮਤਲਬ ਇੱਕ ਜਿਹੜੀ ਪੋਸਟ ਆ ਉਹ ਇੱਧਰ ਉੱਧਰ ਕਰਤੀ ਉਹ ਤੁਹਾਨੂੰ ਸਾਰਾ ਪਤਾ ਲੱਗ ਜੀ ਤੁਸੀਂ ਕੰਪੇਅਰ ਕਰ ਲਿਓ ਕਿਉਂਕਿ ਮੈਂ ਤੁਹਾਨੂੰ ਕਲੀ-ਕਲੀ ਡਿਟੇਲ ਚ ਨਹੀਂ ਦੱਸ ਸਕਦਾ ਇਸ ਕਰਕੇ ਵੀਡੀਓ ਨੇ ਲੈਂਥੀ ਹੋ ਜਾਣਾ ਸੋ ਤੁਸੀਂ ਕੰਪੇਅਰ ਕਰ ਲਿਓ ਪੋਸਟ ਆ ਸੇਮ ਹੀ ਨੇ ਠੀਕ ਆ 267 ਸੀਗੇ ਪਹਿਲਾਂ ਵੀ ਤੇ ਹੁਣ ਵੀ 267 ਹੀ ਨੇ ਠੀਕ ਆ ਸੋ ਕੋਈ ਵੀ ਵਾਦਾ ਘਾਟਾ ਨਹੀਂ ਕੀਤਾ ਗਿਆ ਬਟ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਇੱਕ ਸਪਸ਼ਟ ਰੂਪ ਵਿੱਚ ਦਰਸਾ ਦਿਆਂ ਕਿ ਭਾਈ ਇੰਨੀ-ਇੰਨੀ ਨੇ ਠੀਕ ਆ ਪੋਸਟ ਆ ਹੋ ਸਕਦਾ ਕਿਸੇ ਇੱਕ ਪਾਸੇ ਪੋਸਟਾਂ ਵਧ ਗਈਆਂ ਹੋਣ ਘਟ ਗਈਆਂ ਹੋਣ ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਇਹ ਤਾਂ ਡਿਪਾਰਟਮੈਂਟ ਵੱਲੋਂ ਆਇਆ ਸੋ ਤੁਸੀਂ ਕੰਪੇਅਰ ਕਰਕੇ ਦੇਖ ਸਕਦੇ ਹੋ ਠੀਕ ਹੈ ਸੋ ਜਿਹੜੇ ਬੱਚੇ ਨੂੰ ਨਹੀਂ ਪਤਾ ਲੱਗਿਆ ਤੁਸੀਂ ਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਰਿਪਲਾਈ ਜਰੂਰ ਕਰੂੰਗਾ ਸੋ ਇਹੀ ਅਪਡੇਟ ਜਿਹੜਾ ਸੀ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਤੇ ਬਾਕੀ ਨਵੀਂ ਭਰਤੀ ਦੇ ਲਈ ਮੈਂ ਤੁਹਾਨੂੰ ਕਹਿ ਦੇਵਾਂ ਕਿ ਨਵੀਂ ਭਰਤੀ ਦਾ ਜਿਹੜਾ ਇਸ ਜਨਵਰੀ ਦੇ ਵਿੱਚ ਅਪਡੇਟ ਆ ਜਾਊਗਾ ਠੀਕ ਹੈ ਆਪਣੀ ਤਿਆਰੀ ਜਿਹੜੀ ਆ ਕਰਦੇ ਰਹੋ ਤੇ ਬਾਕੀ ਬੱਚੇ ਕੱਲ੍ਹ ਗਏ ਸੀਗੇ 4 ਤਰੀਕ ਨੂੰ ਕੱਠੇ ਹੋ ਕੇ ਗਏ ਸੀਗੇ ਬਟ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਿਆ ਉਹਦੇ ਵਾਸਤੇ ਇੱਕ ਮੈਂ ਵੱਖਰੀ ਵੀਡੀਓ ਬਣਾਉਂਗਾ ਮੈਂ ਤੁਹਾਨੂੰ ਦੱਸੂਗਾ ਕਿ ਹੱਲ ਉਹਦਾ ਕਿਉਂ ਨਹੀਂ ਨਿਕਲਿਆ ਹੈਗਾ ਠੀਕ ਆ ਇਹ ਕਮੀ ਆਪਣੇ ਵਿੱਚ ਹੁੰਦੀਆਂ ਨੇ ਸਾਰਿਆਂ ਵਿੱਚ ਠੀਕ ਆ ਆਪਾਂ ਦੋਸਤ ਦੂਜਿਆਂ ਦੇ ਮੜ ਦਿੰਨੇ ਆ ਫਿਰ ਠੀਕ ਆ ਉਹ ਮੈਂ ਦੂਜੀ ਵੀਡੀਓ ਬਣਾਉਂਗਾ ਤੇ ਉਹਦੇ ਵਿੱਚ ਦੱਸੂਗਾ ਕਿ ਹੱਲ ਉਹਦਾ ਕਿਉਂ ਨਹੀਂ ਨਿਕਲਿਆ ਹੈਗਾ ਤੇ ਬਾਕੀ ਜੇਕਰ ਤੁਹਾਡੀ ਕੋਈ ਕੁਇਰੀ ਹੈਗੀ ਆ ਸਾਨੂੰ ਇੰਸਟਾਗ੍ਰam ਤੇ ਸੰਪਰਕ ਕਰ ਸਕਦੇ ਹੋ ਲਿੰਕ ਉਹਦਾ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜੂਗਾ ਸੋ ਸਸਰੀਕਾਲ ਧੰਨਵਾਦ